ਸਭਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਨੇ। ਰਵਨੀਤ ਬਿੱਟੂ ਸਾਡੇ ਨਾਲ ਨੇ। ਬਿੱਟੂ ਜੀ, ਕਿਵੇਂ ਚੱਲ ਰਹੀ ਚੋਣ ਪ੍ਰਚਾਰ ਮੁਹਿੰਮ? ਦੇਖੋ, ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਇੱਕ ਜੋਸ਼ ਦੇ ਨਾਲ ਇੱਕ ਡੋਰ ਟੂ ਡੋਰ ਬੱਚੇ ਤੋਂ ਲੈ ਕੇ ਬਜ਼ੁਰਗ ਦਾਦੇ ਤੱਕ ਲੈ ਕੇ ਗਰਮੀ 'ਚ ਨੀਚ ਬਾਹਰ ਖੜ੍ਹੇ ਆ ਅਤੇ ਆਸ਼ੀਰਵਾਦ ਦੇਣ ਲਈ ਖੜ੍ਹੇ ਆ। ਅਤੇ ਅੱਜ ਸੈਂਟਰ ਹਲਕੇ 'ਚ ਕੰਪੇਨ ਚੱਲ ਰਹੀ ਆ। ਆਹ ਦੇਖੋ ਕਿਵੇਂ, ਦੇਖੋ ਉੱਤੇ ਦਿਖਾਓ ਜਿਹੜਾ, ਸਮਾਨ ਟੱਚ ਕਰੇਗੀ। ਕਿਤੇ ਨਾ ਕਿਤੇ ਵਿਪਕਸ਼ ਲਗਾਤਾਰ ਸਵਾਲ ਖੜੇ ਕਰ ਰਿਹਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਉਹ ਕਿਹੜਾ ਵਿਪਕਸ਼ ਆ? ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ, ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ। ਇਹ ਕਿਹੜੇ ਮੂੰਹ ਨਾਲ ਕਹਿੰਦੇ ਆ, 24 ਸਾਲ ਤੱਕ ਗੋਦੀ 'ਚ ਬੈਠ ਰਹੇ ਬੀਜੇਪੀ ਦੇ। ਕੀ ਲੱਗਦਾ ਜੀ, ਹੁਣ ਸਚਿਨ ਪਾਇਲਟ ਜੀ ਵੀ ਅੱਜ ਲੁਧਿਆਣਾ ਨੇ ਤਾਂ ਕਾਂਗਰਸ ਲਗਾਤਾਰ ਕਹਿ ਰਹੀ ਆ ਕਿ ਸਭ ਬਾਹਰਲਿਆਂ ਦੀ ਬਾਹਰਲੇ ਮਦਦ ਕੀ ਕਰਨਗੇ ਆ ਕੇ? ਪਹਿਲਾਂ ਇਹ ਪੁੱਛਿਓ ਜਾ ਕੇ ਬੜਿੰਗ ਸਾਹਿਬ ਨੂੰ, ਇਹ ਪੁੱਛਿਓ ਬੜਿੰਗ ਸਾਹਿਬ ਲੁਧਿਆਣੇ 'ਚ ਵੋਟ ਪਾਉਂਗੇ, ਤੁਹਾਡੀ ਵੋਟ ਕਿੱਥੇ ਬਣੀ ਆ? ਗਿੱਦੜਵਾਏ 'ਚ ਵੋਟ ਬਣੀ ਹੋਈ ਆ, ਲੁਧਿਆਣੇ 'ਚ ਉਹਨਾਂ ਦੀ ਵੋਟ ਹੀ ਹੈ ਨਹੀਂ ਗੀ, ਇਸ ਕਰਕੇ ਉਹਨਾਂ ਦਾ ਉਰੇ ਕੀ? ਕਿਸਾਨ ਵੀ ਲਗਾਤਾਰ ਕਹਿ ਰਹੇ ਨੇ ਮਹਾਂਪੰਚਾਇਤ ਕੀਤੀ ਹੈ। ਸੋ ਸਾਫ਼ ਤੌਰ 'ਤੇ ਰਵਨੀਤ ਸਿੰਘ ਬਿੱਟੂ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਵਿਚਰ ਰਹੇ ਨੇ, ਔਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੀ ਇੱਥੇ ਦੀ ਵੋਟ ਵੀ ਨਹੀਂ ਹੈਗੀ, ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਇਲਾਵਾ ਜਿਹੜੇ ਬਾਕੀ ਭਾਜਪਾ ਦੇ ਲੀਡਰ ਨੇ ਉਹ ਵੀ ਲਗਾਤਾਰ ਜਿਹੜੇ ਨੇ ਪੰਜਾਬ ਦੇ ਵਿੱਚ ਆਉਣਗੇ ਤਾਂ ਪ੍ਰਚਾਰ ਕਰਨਗੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ। ਸਭਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਨੇ। ਰਵਨੀਤ ਬਿੱਟੂ ਸਾਡੇ ਨਾਲ ਨੇ। ਬਿੱਟੂ ਜੀ, ਕਿਵੇਂ ਚੱਲ ਰਹੀ ਚੋਣ ਪ੍ਰਚਾਰ ਮੁਹਿੰਮ? ਦੇਖੋ, ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਇੱਕ ਜੋਸ਼ ਦੇ ਨਾਲ ਇੱਕ ਡੋਰ ਟੂ ਡੋਰ ਬੱਚੇ ਤੋਂ ਲੈ ਕੇ ਬਜ਼ੁਰਗ ਦਾਦੇ ਤੱਕ ਲੈ ਕੇ ਗਰਮੀ 'ਚ ਨੀਚ ਬਾਹਰ ਖੜ੍ਹੇ ਆ ਅਤੇ ਆਸ਼ੀਰਵਾਦ ਦੇਣ ਲਈ ਖੜ੍ਹੇ ਆ। ਅਤੇ ਅੱਜ ਸੈਂਟਰ ਹਲਕੇ 'ਚ ਕੰਪੇਨ ਚੱਲ ਰਹੀ ਆ। ਆਹ ਦੇਖੋ ਕਿਵੇਂ, ਦੇਖੋ ਉੱਤੇ ਦਿਖਾਓ ਜਿਹੜਾ, ਦੇਖੋ ਐਮਪੀ ਸਾਹਿਬ ਪ੍ਰਧਾਨ ਮੰਤਰੀ ਵੀ ਕੱਲ੍ਹ ਪੰਜਾਬ ਦੇ ਦੌਰੇ 'ਤੇ ਨੇ। ਹੋ ਜਾਏਗਾ ਕੱਲ੍ਹ ਤੋਂ ਐਨ, ਹੁਣ ਲੀਡਰਸ਼ਿਪ ਜਿਹੜੀ ਉਹ ਸਾਰੀ ਆਉਣ ਲੱਗ ਜਾਏਗੀ ਅਤੇ ਕੰਪੇਨ ਸਿਖਰਾਂ 'ਤੇ ਪਹੁੰਚ ਜਾਏਗੀ, ਸਮਾਨ ਟੱਚ ਕਰੇਗੀ। ਕਿਤੇ ਨਾ ਕਿਤੇ ਵਿਪਕਸ਼ ਲਗਾਤਾਰ ਸਵਾਲ ਖੜੇ ਕਰ ਰਿਹਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਉਹ ਕਿਹੜਾ ਵਿਪਕਸ਼ ਆ? ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ, ਚੰਡੀਗੜ੍ਹ ਦੇ ਮੁੱਦੇ ਨੂੰ। ਇਹ ਕਿਹੜੇ ਮੂੰਹ ਨਾਲ ਕਹਿੰਦੇ ਆ, 24 ਸਾਲ ਤੱਕ ਗੋਦੀ 'ਚ ਬੈਠ ਰਹੇ ਬੀਜੇਪੀ ਦੇ। ਕੀ ਲੱਗਦਾ ਜੀ, ਹੁਣ ਸਚਿਨ ਪਾਇਲਟ ਜੀ ਵੀ ਅੱਜ ਲੁਧਿਆਣਾ ਨੇ ਤਾਂ ਕਾਂਗਰਸ ਲਗਾਤਾਰ ਕਹਿ ਰਹੀ ਆ ਕਿ ਸਭ ਬਾਹਰਲਿਆਂ ਦੀ ਬਾਹਰਲੇ ਮਦਦ ਕੀ ਕਰਨਗੇ ਆ ਕੇ। ਪਹਿਲਾਂ ਇਹ ਪੁੱਛਿਓ ਜਾ ਕੇ ਬੜਿੰਗ ਸਾਹਿਬ ਨੂੰ, ਇਹ ਪੁੱਛਿਓ ਬੜਿੰਗ ਸਾਹਿਬ ਲੁਧਿਆਣੇ 'ਚ ਵੋਟ ਪਾਉਂਗੇ, ਤੁਹਾਡੀ ਵੋਟ ਕਿੱਥੇ ਬਣੀ ਆ? ਗਿੱਦੜਵਾਏ 'ਚ ਵੋਟ ਬਣੀ ਹੋਈ ਆ, ਲੁਧਿਆਣੇ 'ਚ ਉਹਨਾਂ ਦੀ ਵੋਟ ਹੀ ਹੈ ਨਹੀਂ ਗੀ, ਇਸ ਕਰਕੇ ਉਹਨਾਂ ਦਾ ਉਰੇ ਕੀ? ਕਿਸਾਨ ਵੀ ਲਗਾਤਾਰ ਕਹਿ ਰਹੇ ਨੇ ਮਹਾਂਪੰਚਾਇਤ ਕੀਤੀ ਹੈ। ਸੋ ਸਾਫ਼ ਤੌਰ 'ਤੇ ਰਵਨੀਤ ਸਿੰਘ ਬਿੱਟੂ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਵਿਚਰ ਰਹੇ ਨੇ, ਔਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੀ ਇੱਥੇ ਦੀ ਵੋਟ ਵੀ ਨਹੀਂ ਹੈਗੀ, ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਇਲਾਵਾ ਜਿਹੜੇ ਬਾਕੀ ਭਾਜਪਾ ਦੇ ਲੀਡਰ ਨੇ ਉਹ ਵੀ ਲਗਾਤਾਰ ਜਿਹੜੇ ਨੇ ਪੰਜਾਬ ਦੇ ਵਿੱਚ ਆਉਣਗੇ ਤਾਂ ਪ੍ਰਚਾਰ ਕਰਨਗੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ।